हाँ जी सर जी पी सी रखी जी 18 तरीक न एक जड़ा कि कनेडियन सिटीजन तो बेसिकली एन आर आई जिन्हों कह सकते हैं उन्होंने इतने एक मर्डर हो गया सी उस लुधियाना पुलिस लिए जड़ा ब्लाइंड मर्डर अन्ना कतल सी ते किसे भी ये पता नहीं सी भी किस वालों होना है ते असी अनपछात्या ते मुकदमा दर्ज किया सी जिवें कि साढ़े मेरी टीम लुधियाना का जड़ा एक ट्रैक रिकॉर्ड है हर केस जे कोई इत्थे क्राइम करता तो जिहड़ा असीं कहिंदे आ वी लुधियाने क्राइम करोगे तो तुसीं फड़े जाओगे ये क्राइम भी बाकी मुकदमियां वांगू असीं जिहड़े जिहड़े केसिस होए आ इहनू 3 दिनां दे विच 72 घंटियां दे विच असीं इहनू ट्रेस कर लिया इहदे विच जिहड़ी वजह रंजिश इह सीगी भी इहनां दे परिवार दे विच ही इक लड़का सीगा जिहड़ा कि ऑरफन सीगा ते 12 साल दा हुंदा उहनां दे परिवार कोले आया सी पिछले 14-15 साल तो इहनां कोले रह रिहा सी ते ओदे मन दे विच इह आया भी जे किते इह बंदा जिहड़ा जिहड़ा एन आर आई है ਇਹ ਖਤਮ ਹੋ ਜੇ ਤਾਂ ਇਹਦੇ ਵਿੱਚ ਪਰਿਵਾਰ ਦਾ ਮੈਂਬਰ ਕੁਛ ਵੀ ਨਹੀਂ ਅਤੇ ਇਹਦੀ ਪ੍ਰੋਪਰਟੀ ਦਾ ਹੌਲੀ ਹੌਲੀ ਮੈਂ ਮਾਲਕ ਬਣ ਸਕਦਾ ਇਹਨਾਂ ਨੇ ਇੱਕ ਹਾਇਰ ਕੀਤਾ ਇਹ ਜਿਹੜੇ ਯੰਗ ਲੜਕੇ ਸੀਗੇ ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਪਾਸਟ ਨਹੀਂ ਹੈਗਾਗਾ ਉਹਨਾਂ ਨਾਲ ਗੱਲ ਕੀਤੀ ਵੀ ਜੇ ਇਹਨੂੰ ਤੁਸੀਂ ਕਰ ਦੋਗੇ 3 ਲੱਖ ਰੁਪਇਆ ਤੁਹਾਨੂੰ ਦੇ ਦਾਂਗੇ ਅਲਟੀਮੇਟਲੀ 2,70,000 ਰੁਪਇਆ ਇਹਨੂੰ ਦੇਤਾ ਇਹਨਾਂ ਨੇ ਸ਼ਾਰਪ ਐਜ ਵੈਪਨ ਦੇ ਨਾਲ ਰਾਤ ਨੂੰ ਕੋਈ ਕਰੀਬ ਜਿਹੜਾ 1 ਵਜੇ ਤੋਂ ਪਹਿਲਾਂ ਉਹਨੂੰ ਜਿਹੜਾ ਕਤਲ ਕਰ ਦਿੱਤਾ 18 ਤਰੀਕ ਨੂੰ ਅਤੇ ਉਹ ਤੋਂ ਬਾਅਦ ਇਹ ਜਿਹੜੇ ਆ ਇਹ ਵੀ ਬਾਕੀ ਕ੍ਰਿਮੀਨਲ ਵਾਂਗੂ ਇਹ ਸੋਚਦੇ ਸੀ ਵੀ ਜੇ ਮੋਬਾਈਲ ਫੋਨ ਨਹੀਂ ਵਰਤਾਂਗੇ ਤਾਂ ਅਸੀਂ ਨਹੀਂ ਫੜੇ ਜਾਵਾਂਗੇ ਅਤੇ ਇਹਦੇ ਵਿੱਚ ਵੀ ਇਹਨਾਂ ਨੇ ਮੋਬਾਈਲ ਫੋਨ ਨਹੀਂ ਯੂਜ਼ ਕੀਤਾ ਸੀ ਚਿਹਰਿਆਂ ਦੇ ਉੱਤੇ ਮਾਸਕ ਪਾਏ ਹੋਏ ਸੀ ਅਤੇ ਨੰਬਰ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਨੰਬਰ ਸੀਗੇ ਵਹੀਕਲ ਦੇ ਨੰਬਰ ਪਰ ਇੱਥੇ ਅਸੀਂ ਕਹਿ ਸਕਦੇ ਹਾਂ ਟ੍ਰੈਡੀਸ਼ਨਲ ਪੁਲਿਸਿੰਗ ਹੈ ਜਿਹੜੀ ਹਿਊਮਨ ਇੰਟੈਲੀਜੈਂਸ ਹੈ ਜਿਹਨੇ ਬੜਾ ਵੱਡਾ ਰੋਲ ਅਦਾ ਕੀਤਾ ਅਤੇ ਉਹ ਜਿਹੜੇ ਅਸੀਂ ਹਿਊਮਨ ਇੰਟੈਲੀਜੈਂਸ ਨੂੰ ਵਰਤਦੇ ਹੋਏ ਹਾਂ ਟੀਮ ਸਾਡੀ ਹੈ ਜਿਹੜੀ ਡੀ ਸੀ ਪੀ ਰੂਰਲ ਜਸਕਰਨ ਤੇਜਾ ਅਤੇ ਡੀ ਸੀ ਪੀ ਇਨਵੈਸਟੀਗੇਸ਼ਨ ਹੈ ਜਿਹੜੇ ਹਰਮੀਤ ਹੁੰਦਲ ਅਤੇ ਆਪਣਾ ਸਮੀਰ ਵਰਮਾ ਅਤੇ ਰਜੇਸ਼ ਸਾਡੇ ਏ ਸੀ ਪੀ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਲੁਧਿਆਣਾ ਸਦਰ ਦੇ ਵਿੱਚ ਪਰਚਾਦਰ ਸੀ ਅਤੇ ਅਸੀਂ 72 ਘੰਟਿਆਂ ਦੇ ਵਿੱਚ 4 ਅਕਿਊਜ਼ ਅਤੇ ਪਲੱਸ ਜਿਹੜੇ ਮਰਡਰ ਕਰਨ ਵਾਲੇ ਅਤੇ 2 ਉਹਨਾਂ ਨੂੰ ਸਪੋਰਟ ਕਰਨ ਵਾਲੇ 6 ਆਦਮੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਇਹਦੇ ਵਿੱਚ ਜੀ ਇੱਕ ਤਾਂ ਉਹਦੇ ਪਰਿਵਾਰ ਦੇ ਵਿੱਚ ਰਹਿੰਦਾ ਸੀ ਜਿਹੜਾ ਉਹਨੂੰ ਆਪਣਾ ਬਲ ਅਤੇ ਦੂਜਾ ਇਹਦੇ 'ਚ ਜਿਹੜੇ ਨਾਲ ਸਲਾਹ ਕੀਤੀ ਸੀ ਗਾਜਾ ਗਾਜੇ ਦੇ ਉੱਤੇ ਜਿਹੜਾ ਇਹਦਾ ਕ੍ਰਿਮੀਨਲ ਬੈਕਗਰਾਉਂਡ ਹੈ ਇਹਦੇ 4 ਇਹਦੇ ਪਰਚੇ ਪਹਿਲਾਂ ਦਰਜ ਹੈ ਇਹ ਜਿਹੜੇ ਆਪਣੇ ਜਿਹੜੇ ਐੱਨ ਆਰ ਆਈ ਦੀ ਡੈੱਥ ਹੋਈ ਹੈ ਉਹਦੇ ਨਾਲ ਕਿਸੇ ਨਜਾਇਜ਼ ਕਬਜ਼ੇ ਦੇ ਵਿੱਚ ਵੀ ਸ਼ਾਮਿਲ ਸੀ ਅਤੇ ਇਹਨੂੰ ਇਸ ਗੱਲ ਦਾ ਇਹਦੀ ਸਹਿਮਤੀ ਸੀ ਇਹਨੂੰ ਵੀ ਲੱਗਦਾ ਸੀ ਮੈਂ ਇਹਦੀ ਪ੍ਰੋਪਰਟੀ 'ਤੇ ਮੈਂ ਵੀ ਕਬਜ਼ਾ ਕਰ ਲੂੰਗਾ ਅਤੇ ਇਸ ਕਰਕੇ ਇਹਨਾਂ ਨੇ ਅਤੇ ਇਹਦੇ ਪਰਿਵਾਰ ਦੇ ਵਿੱਚ ਰਹਿੰਦਾ ਜਿਹੜਾ ਬਲ ਅਤੇ ਜਿਹੜਾ ਗਾਜਾ ਦੋਨਾਂ ਨੇ ਸਲਾਹ ਕਰਕੇ ਇਸ ਤਰੀਕੇ ਦਾ ਇਹਨਾਂ ਦਾ ਇਹਨੂੰ ਵਿੱਚੋਂ ਆਪਦੇ ਰਸਤੇ 'ਚੋਂ ਮੁਕਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਗਾਜਾ ਅਤੇ ਬਲ ਜਿਹੜਾ ਐੱਨ ਆਰ ਆਈ ਵੱਲੋਂ ਕੋਈ ਨਜਾਇਜ਼ ਇੱਥੇ ਜਿਹੜੇ ਪ੍ਰੋਪਰਟੀਆਂ 'ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਦੀ ਟੀਮ ਦੇ ਮੈਂਬਰ ਸੀ ਪਰ ਇਹਨਾਂ ਨੇ ਸੋਚਿਆ ਜਿਵੇਂ ਲਾਲਚ ਵੱਧਦਾ ਜਾਂਦਾ ਹੁੰਦਾ ਹਰ ਇਨਸਾਨ ਦਾ ਇਹਨਾਂ ਦਾ ਵੀ ਲਾਲਚ ਇਹ ਵੱਧ ਗਿਆ ਸੀ ਵੀ ਜੇ ਇਹਨੂੰ ਹੀ ਸਾਫ਼ ਕਰ ਦਈਏ ਤਾਂ ਇਹਦੀ ਪ੍ਰੋਪਰਟੀ 'ਤੇ ਸਾਰਾ ਕਬਜ਼ਾ ਕਰ ਸਕਦੇ ਹਾਂਜੀ ਇਹਦੀ ਜਿਹੜੀ 3 ਲੱਖ ਦੀ ਸੁਪਾਰੀ ਦਾ ਇਹਨਾਂ ਨੇ ਗੱਲ ਕੀਤੀ ਸੀ ਜਿਹੜੇ ਉਹ 4 ਯੂਥ ਨੂੰ ਇਹਨਾਂ ਨੇ ਹਾਇਰ ਕੀਤਾ ਸੀ ਉਹਨਾਂ ਨੂੰ 2,70,000 ਰੁਪਇਆ ਇਹਨਾਂ ਨੂੰ ਦਿੱਤਾ ਸੀ 3 ਲੱਖ ਦੇ ਵਿੱਚ ਇਹਨਾਂ ਦੀ ਮੁੱਢਲੇ ਤੌਰ 'ਤੇ ਗੱਲ ਹੋਈ ਹਾਂਜੀ ਦੇਖੋ ਕਹਿੰਦੇ ਫੜੇ ਕਿੱਦਾਂ ਗਏ ਲੁਧਿਆਣੇ ਕ੍ਰਾਈਮ ਕਰੋਗੇ ਤਾਂ ਸਾਡੀ ਨਿਗਾਹ ਤੁਸੀਂ ਦੇਰ ਹੋ ਸਕਦੀ ਹੈ ਸਾਡੀ ਨੀਅਤ ਅਤੇ ਨੀਤੀ ਬੜੀ ਸਪਸ਼ਟ ਹੈ ਹਰ ਮਾੜੇ ਬੰਦੇ ਦੀ ਜਗ੍ਹਾ ਜੇਲ੍ਹ ਦੇ ਵਿੱਚ ਹੈ ਉਹ ਸਲਾਖਾਂ ਦੇ ਪਿੱਛੇ ਹੈ ਜਿਵੇਂ ਬਾਕੀ ਫੜੇ ਗਏ ਅਤੇ ਸ਼ੋਰਟੈਸਟ ਟਾਈਮ ਦੇ ਵਿੱਚ ਫੜੇ ਗਏ ਇਹ ਉਵੇਂ ਹੀ ਇਹ ਫੜਿਆ ਗਿਆ ਹਾਂਜੀ ਇਹ ਹਿਊਮਨ ਇੰਟੈਲੀਜੈਂਸ ਵਰਡ ਮੈਂ ਯੂਜ਼ ਕੀਤਾ ਜੀ ਉਹ ਡਿਕਸ਼ਨਰੀ ਵਿੱਚੋਂ ਚੈੱਕ ਕਰਿਓ ਉਹਦੇ ਵਿੱਚ ਇਹ ਹੈ ਜਿਹੜੀ ਉਹਦੇ ਨਾਲ ਹੀ ਅਸੀਂ ਆਪਦਾ ਪੂਰਾ ਜ਼ੋਰ ਲਾ ਕੇ ਉਹਨੂੰ ਫੜਿਆ ਕਿੰਨਵਾਂ ਕੇਸ ਹੈ ਜਿਹੜੇ ਮੋਹਰ ਲੱਗ ਗਈ ਪੱਕੀ ਹਾਂਜੀ ਕਿੰਨਵਾਂ ਕੇਸ ਹੈ ਜਿਹੜਾ ਫਤਿਹ ਕੀਤਾ ਕਿੰਨੀ ਮੋਹਰ ਆਏ ਨਹੀਂ ਦੇਖੋ ਇਹਦੇ 'ਚ ਨਾ ਜੀ ਰਾਮ ਰਾਜ ਤੋਂ ਲੈ ਕੇ ਕ੍ਰਾਈਮ ਹੈ ਜਿਹੜਾ ਹਮੇਸ਼ਾ ਹੀ ਹੁੰਦਾ ਰਿਹਾ ਪਰ ਗੱਲ ਇਹ ਆ ਵੀ ਉੱਥੋਂ ਦੀ ਪੁਲਿਸ ਦੀ ਨੀਤੀ ਕਿਹੜੀ ਡੀ ਜੀ ਪੰਜਾਬ ਦੀ ਨੀਤੀ ਬੜੀ ਸਪਸ਼ਟ ਹੈ ਐਂਡ ਸਾਨੂੰ ਇੰਸਟਰਕਸ਼ਨ ਆ ਵੀ ਕ੍ਰਿਮੀਨਲ ਜੇ ਕੋਈ ਕ੍ਰਾਈਮ ਕਰਦਾ ਉਹਦੇ ਹੱਥ ਧੋ ਕੇ ਮਗਰ ਪੈ ਜਾਓ ਅਤੇ ਤੁਸੀਂ ਦੇਖਿਆ ਹੋਣਾ ਅਸੀਂ ਲੁਧਿਆਣੇ ਕੋਈ ਕ੍ਰਾਈਮ ਹੁੰਦਾ ਸਾਡੀ ਟੀਮ ਹੈ ਸਾਡੇ ਅਫਸਰ ਹੈ ਜੀ ਜਾਨ ਲਾ ਦਿੰਦੇ ਹਾਂ ਅਸੀਂ ਹਰ ਕੇਸ ਲਈ ਸਾਨੂੰ ਚੈਲੇਂਜ ਦੇ ਤੌਰ 'ਤੇ ਕਰਦੇ ਹਾਂ ਉਹਦੇ ਰਿਜ਼ਲਟ ਵੀ ਆਉਂਦੇ ਆ ਬਾਕੀ ਜਿਵੇਂ ਕਹਿੰਦੇ ਅੱਲਾ ਮਿਹਰਬਾਨ
तो बंदा पहलवान रब की मेहर भी बड़ी है, लोगों की सपोर्ट है, तो डी जी पंजाब वालों जी दिते जी मोटिवेशन बहुत ज़्यादा है, लैवल ऑफ मोटिवेशन है, जोड़े अवार्ड्स मिल रहे हैं ना, कोई अवार्ड लिए काम नहीं करता पर चंगा काम किया, जिमें भावें हूँ कैमरे लैके खड़े हो ऑफ द रिकॉर्ड तुम सारा सूँ कहने भी थोड़ा जी लुधियाना पुलिस का काम पंजाब का नंबर वन है, यदा मतलब जी शाबाश जी मिलती है ना वो एज ए ऑक्सीजन बूस्टर का काम करती है। थैंक यू सो मच जी, थैंक यू।